ਮਹਾਰਾਜ ਸਾਹਿਬ ਨੇ ਜਦੋਂ ਇਹ ਕਬਜ਼ੇ 'ਚ ਲਏ ਆਪਣੇ ਇਲਾਕੇ, ਪਹਿਲੋਂ ਘਨਈ ਅੰਮ੍ਰਿਤਸਰ ਨੂੰ ਲਏ, ਜਦੋਂ ਉਹਨਾਂ ਘਨਈ ਅੰਮ੍ਰਿਤਸਰ ਨੂੰ ਆਪਣੇ ਪਿਤਾ ਅਧੀਨ, ਅਤੇ ਫਿਰ ਉਹਨਾਂ ਨੇ ਇੱਥੇ ਕੋਈ 1817 'ਚ ਬਣੀ ਇਹ ਵਾਲੀ ਇਹਦੀ ਸਰ ਮਹਾਰਾਜ ਦੌੜਿਆ ਹੋਇਆ ਇਸੇ ਕਰਕੇ ਖੜਾ ਜੇ ਸਰੀਆ ਹੁੰਦਾ ਫਿਰ ਇਹਨਾਂ ਨੇ ਨਹੀਂ ਖਾਣੀ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ। 1838 ਅਤੇ ਮਈ ਅਤੇ ਜੂਨ ਮਹੀਨੇ ਦੋ ਮਹੀਨੇ ਮਹਾਰਾਜਾ ਰਣਜੀਤ ਸਿੰਘ ਇੱਥੇ ਹੀ ਆਉਂਦੇ ਹੁੰਦੇ, ਅਤੇ ਜਿਹੜੀਆਂ ਉਹਦੀਆਂ 57 ਦੇ ਕਰੀਬ ਫੌਜੀ ਸੋਣੀਆਂ ਉਹਨਾਂ 'ਚੋਂ ਇੱਕ ਇਹ ਸੀ ਅਤੇ ਤੋਪਖਾਨਾ ਵੀ ਹੁੰਦਾ। ਅਤੇ ਆਹ ਉੱਪਰ ਵਾਲੀ ਬਿਲਡਿੰਗ 'ਚ ਮਹਾਰਾਜਾ ਸਾਹਿਬ ਦਾ ਬੈਡਰੂਮ ਸੀ, ਥੱਲੇ ਵੀ ਇੱਦਾਂ ਆ ਗਏ ਮੇਨ ਦਰਬਾਰੀ ਇੱਥੇ ਐਸ ਕਮਰੇ 'ਚ, ਇਹ ਵੱਡਾ ਦਰਬਾਰ ਲਾਉਣਾ ਤਾਂ ਉਹ ਸਾਹਮਣੇ ਉਹਨੇ ਦਾ ਸਾਰਾ ਹਵਾਲਾ ਦਿੱਤਾ ਵੀ ਇੱਥੇ ਮਹਾਰਾਜ ਸਾਹਿਬ ਬੈਠੇ ਹੀ ਰੱਬ ਦਾ ਲਾਗੇ ਕਿਹੜੇ ਕਿਹੜੇ ਸਰਕਾਰ ਕਰੇ, ਜਿਹੜਾ ਕੰਮ ਸਰ ਅਮਰੀਕਾ ਨਹੀਂ ਨਾ ਕਰ ਸਕਿਆ ਜਾਂ ਰਸ਼ੀਆ ਨਹੀਂ ਕਰ ਸਕਿਆ, ਅਫਗਾਨਿਸਤਾਨ ਨੂੰ ਜਿੱਤ ਨਹੀਂ ਸਕਿਆ, ਮਹਾਰਾਜ ਸਾਹਿਬ ਨੇ ਇੱਕੋ ਦਿਨ 'ਚ ਐਤ ਤਖਤ 'ਤੇ ਬਹਿ ਕੇ ਉਹਦਾ ਜਿਹੜਾ ਬਾਦਸ਼ਾਹ ਸੀ ਫੈਸਲਾ ਸੀ ਮਹਾਰਾਜ ਰਣਜੀਤ ਸਿੰਘ ਕਰ ਸ਼ਾਹ ਸ਼ੁਜਾ ਨੂੰ ਗੱਦੀ 'ਤੇ ਲਾਇਆ ਕਿ ਕਿਹੜੇ ਨੂੰ ਭਲਣਾ ਕਰੀਏ। ਉਹ ਬਾਅਦ 'ਚ ਫਿਰ ਅੰਗਰੇਜ਼ਾਂ ਦੀ ਅਤੇ ਸ਼ਾਹ ਸ਼ੁਜਾ ਦੀ ਅਤੇ ਰਣਜੀਤ ਸਿੰਘ ਦੀ ਇੱਥੇ ਸੰਧੀ ਹੋਈ, ਇਤਿਹਾਸ ਦੇ ਪੱਖੋਂ ਸਰ ਇੰਨਾ ਮਤਲਬ ਸਾਹਮਣ ਵਾਲੀ ਚੀਜ਼ ਹੈ, ਪਰ ਇਹ ਵੀ ਹੁਣ ਇਹਦਾ ਧਿਆਨ ਰੱਖਿਆ ਸਾਨੂੰ ਹੁਣ ਮਾਨ ਸਾਹਿਬ ਜੇ ਕਰ ਜਾਣ ਬਹੁਤ ਵੱਡੀ ਗੱਲ, ਅਤੇ ਉਹਨਾਂ ਲਈ ਇੱਕ ਵਰਲਡ ਲੈਵਲ 'ਤੇ ਗੱਲ ਜਾਣ ਵਾਲੀ ਸਿੱਖ ਜਿਹੜੀ ਵਿਰਾਸਤ ਰੋਲੀ ਗਈ ਸੀ ਜੀ ਉਹਨੂੰ ਇਹ ਤਾਂ ਸੰਭਾਲਣ ਦੀ ਲੋੜ ਆ, ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਇਹਨੂੰ ਸੰਭਾਲਿਆ ਤਾਂ ਇਹ ਕਿੰਨਾ ਚਿਰ ਖੜੇ ਹੋਏਗੇ, ਕਿਉਂਕਿ ਉਹ ਡਾਟਾ ਵਿੱਚ ਵੀ ਆ ਤੁਸੀਂ ਦੇਖੋ ਨਾ ਤੇਰਾ ਆ ਗਈ ਹਾਂਜੀ ਹਾਂਜੀ ਸਾਰੀਆਂ ਡਾਟਾ ਵਿੱਚ ਤੇਰਾ ਆ ਗਈ ਗੁਜ਼ਰ ਗਿਆ ਉਹਦਾ ਕੋਈ ਹੈ ਨੀ, ਉਹ ਫਿਰ ਇਹਨਾਂ ਟਰੱਸਟ ਬਣਾ ਗਿਆ ਵੀ ਮੇਰਾ ਤਿੰਨ ਟਰੱਸਟਾਂ ਸੀ, ਇੱਕ ਅਖਬਾਰ, ਇੱਕ ਬੈਂਕ, ਇੱਕ ਲਾਇਬ੍ਰੇਰੀ। ਉਹ ਸਰ ਟਰੱਸਟ ਵਾਲੇ ਮਿਲ ਮੁੜ ਕੇ ਜਿੰਨੀ ਸ਼ਹਿਰ ਦੀ ਪ੍ਰੋਪਰਟੀ ਆ ਉਹ ਵੇਚ ਮੁੜ ਗਿਆ, ਹਾਲਾਂਕਿ ਵੀ ਚਲੋ ਗਲਤੀ ਆ। ਹੁਣ ਹੋਇਆ ਕੀ ਸਰ, 3 ਸਾਲ ਪਹਿਲੋਂ ਇਹਨਾਂ ਨੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਇਹ ਪ੍ਰੋਟੈਕਟਡ ਆ, ਇਹਨਾਂ ਨੇ ਹੇਰਾਫੇਰੀ ਕਰਕੇ ਅਧਿਕਾਰੀਆਂ ਨਾਲ ਮਿਲ ਕੇ ਕਲੋਨੀ ਕੱਟਤੀ, ਪਲਾਟਿੰਗ ਕਰਤੀ, ਅਤੇ ਇਹ ਹੁਣ ਕਹਿਣ ਨੂੰ ਤਾਂ ਕਹਿੰਦੇ ਸੀ ਸਾਹਮਣਾ ਵਾ, ਵੈਸੇ ਇਹਨੂੰ ਜਦੋਂ ਨਕਸ਼ਾ ਪਾਸ ਕਰਾਇਆ ਤਾਂ ਉੱਥੇ ਲਿਖਤਾ ਓਲਡ ਬਿਲਡਿੰਗ, ਲਿਖਣਾ ਤਾਂ ਚਾਹੀਦਾ ਹਿਸਟੋਰੀਕਲ ਬਿਲਡਿੰਗ, ਹਿਸਟੋਰੀਕਲ ਲਿਖਦੇ ਤਾਂ ਫਿਰ ਉਹਨਾਂ ਦੀ ਕਲੋਨੀ ਨਹੀਂ ਮਨਜ਼ੂਰ ਹੁੰਦੀ। ਇਹ ਸਾਰਾ ਰਲ ਮਿਲ ਕੇ ਇਹ ਬੰਦੇ ਥੋੜ੍ਹੇ ਜਿਹੇ ਅਸਰ ਸੂਖ ਵਾਲੇ ਆ।